ਹਾਂਜੀ ਸਾਥੀਓ, ਅੱਜ ਪਿੰਡ ਸਿੰਗੜੀਵਾਲ ਦੇ ਵਿੱਚ ਪਹੁੰਚੇ ਹਾਂ। ਇੱਥੋਂ ਦੇ ਕੁਛ ਗਰੀਬ ਜਿਹੜੇ ਹੈਗੇ ਬੰਦੇ, ਜਿਨ੍ਹਾਂ ਦਾ ਕਿ ਇਸ ਵੇਲੇ ਬਹੁਤ ਬੁਰਾ ਹਾਲ ਹੋ ਚੁੱਕਿਆ। ਕੋਰੋਨਾ ਵਾਇਰਸ ਦੇ ਚੱਲਤੇ ਸਰਕਾਰ ਨੇ ਆਦੇਸ਼ ਦਿੱਤੇ ਹੋਏ ਆ ਕਿ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਬੈਠਣ, ਬਾਹਰ ਨਾ ਨਿਕਲਣ, ਤਾਂ ਕਿ ਇਸ ਕੋਰੋਨਾ ਵਰਗੀ ਜੋ ਭੈੜੀ ਬਿਮਾਰੀ ਹੈ ਤੋਂ ਇਹਦੇ 'ਤੇ ਕਾਬੂ ਪਾਇਆ ਜਾ ਸਕੇ। ਸੋ ਉਹਦੇ ਚੱਲਦੇ ਪਰ ਲੋਕਾਂ ਨੂੰ ਮੁਸ਼ਕਲਾਂ ਵੀ ਆ ਰਹੀਆਂ ਆ, ਲੋਕ ਮੁਸ਼ਕਲਾਂ ਨਾਲ ਜੂਝਣਾ ਸ਼ੁਰੂ ਹੋ ਗਿਆ। ਲੋਕਾਂ ਦੇ ਘਰਾਂ 'ਚੋਂ ਸਮਾਨ ਮੁੱਕ ਚੁੱਕਿਆ ਆ ਅਤੇ ਹੁਣ ਉਹ ਮਜਬੂਰਨ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਮਜਬੂਰ ਵੀ ਹੋ ਗਏ ਆ। ਸੋ ਆਪਾਂ ਹੁਣ ਜਾਣਦੇ ਹਾਂ ਪਿੰਡ ਵਾਸੀਆਂ ਦੇ ਕੋਲੋਂ ਕਿ ਇਸ ਵੇਲੇ ਉਹਨਾਂ ਨੂੰ ਕਿਹੜੀ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਪਹਿਲੇ ਤਾਂ ਗੱਲ ਸਾਡੇ ਲੂਣ ਹੈ ਨੇ, ਠੀਕ ਹੈ, ਲੂਣ ਵੀ ਚਾਹੀਦਾ, ਠੀਕ ਹੈ ਜੀ, ਮਿਰਚ ਵੀ ਚਾਹੀਦੀ, ਕੁਛ ਸਹੀ ਕੁਛ ਵੀ ਹੈ ਨੇ ਸਾਡੇ ਘਰਾਂ 'ਚ, ਯਾਹਾਂ ਤੇ ਲੈਣਾ ਡੱਬੇ ਖਾਲੀ ਆ, ਠੀਕ ਹੈ ਜੀ, ਪੀਪੇ ਵੀ ਖਾਲੀ ਆ, ਸਹੀ ਹੈ, ਬਹੁਤ ਭੈੜੇ ਹੋ ਚੁੱਕੇ ਆ, ਖਾਣ ਨੂੰ ਕੁਛ ਵੀ ਨਹੀਂ ਆ ਘਰਾਂ ਦੇ ਵਿੱਚ। ਸੋ ਇਹ ਸਰਕਾਰ ਤੋਂ ਕੀ ਮੰਗ ਕਰਦੇ ਆ? ਦੇਖੋ ਜੀ, ਸਾਤ ਤਾਂ ਨਾ ਬੱਚਿਆਂ ਦੀ ਭੁੱਖ ਬਰਦਾਸ਼ਤ ਹੁੰਦੀ, ਅਸੀਂ ਤਾਂ ਕੱਟ ਲਈਏ ਪਰ ਸਾਤਾਂ ਵੀ ਨਹੀਂ ਭੁੱਖ ਰਹਿ ਹੁੰਦਾ। ਹਾਂਜੀ, ਸਾਨੂੰ ਲੂਣ ਦਾ ਆਟਾ ਤਾਂ ਜ਼ਰੂਰ ਚਾਹੀਦਾ, ਅਸੀਂ ਹੋਰ ਕੁਛ ਨਹੀਂ ਮੰਗਦੇ, ਠੀਕ ਹੈ, ਕਿੱਦਾਂ ਲੂਣ ਨਾਲ ਹੀ ਕੋਈ ਖਾ ਲਵੇ, ਸਰਕਾਰ ਇਸ ਵੀਡੀਓ ਵੱਲ ਜ਼ਰੂਰ ਧਿਆਨ ਦੇਵੇ। ਦੇਖੋ ਲੋਕਾਂ ਦੀ ਜ਼ਿਆਦਾ ਨਹੀਂ ਮੰਗ ਹੈਗੀ, ਉਹ ਸਰਕਾਰ ਕਹਿ ਰਹੀ ਹੈ ਸਾਨੂੰ ਲੂਣ ਤੇ ਆਟਾ ਜ਼ਰੂਰ ਦਿਓ, ਵੀ ਅਸੀਂ ਲੂਣ ਤੇ ਆਟਾ ਖਾ ਕੇ ਗੁਜ਼ਾਰਾ ਕਰਨ ਨੂੰ ਤਿਆਰ ਹਾਂ, ਆਪਣੇ ਘਰ 'ਚ ਬੈਠਣ ਨੂੰ ਵੀ ਤਿਆਰ ਹਾਂ। ਸਰਕਾਰ ਨਾਲ ਸਹਿਮਤ ਆ, ਸਰਕਾਰ ਦੇ ਬੰਦਿਆਂ ਤੇ ਵੱਧ ਜਾਣਾ ਸੀ, ਪਰ ਸਾਨੂੰ ਲੂਣ ਦਾ ਆਟਾ ਚਾਹੀਦਾ। ਠੀਕ ਹੈ ਜੀ, ਤੁਸੀਂ ਦੱਸੋ ਜੀ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ? ਸਾਡੀ ਮੰਗ ਇਹ ਆ ਵੀ ਸਾਡੇ ਨਿਆਣੇ ਭੁੱਖੇ ਤੇ ਆ ਜਾਂਦੇ, ਸਾਨੂੰ ਆਟਾ ਚਾਹੀਦਾ ਆ, ਦਾਣੇ ਤੁਹਾਨੂੰ ਪਹੁੰਚੇ ਆ? ਸੋ ਜਿਹੜੇ ਸੋ ਇਹਨਾਂ ਦੀ ਇਹ ਵੀ ਮੰਗ ਆ ਕਿ ਜਿਹੜੀਆਂ ਪਰਚੀਆਂ ਕੱਟ ਹੋਈਆਂ ਸਾਨੂੰ ਦਾਣੇ ਵੀ ਦਾਣੇ ਹੀ ਦੇ ਦੇਣ, ਘੱਟੋ ਘੱਟ ਕੁਛ ਨਾ ਕੁਛ ਤਾਂ ਆਸਰਾ ਹੋਊਗਾ। ਛੋਟੇ ਬੱਚੇ ਜਿਹੜੇ ਛੋਟੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਸਾਡੇ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਬੱਚੇ ਲਈ ਭੁੱਖੇ ਤੇ ਅਜੇ ਹੁੰਦੇ ਆ, ਅਸੀਂ ਬਿਮਾਰੀ ਤਾਂ ਬਾਅਦ ਚ ਮਰਨਾ, ਪਹਿਲਾਂ ਭੁੱਖੇ ਤੇ ਸੋ ਇਸ ਵੇਲੇ ਲੋਕਾਂ ਨੂੰ ਕੁੱਲ ਮਿਲਾ ਕੇ ਜਿਹੜੀ ਸਥਿਤੀ ਇਹ ਆ ਕਿ ਬਿਮਾਰੀ ਤੋਂ ਘੱਟ ਡਰ ਲੱਗਦਾ ਆ, ਲੇਕਿਨ ਭੁੱਖੇ ਮਰਨ ਤੋਂ ਜ਼ਿਆਦਾ ਡਰ ਲੱਗ ਰਿਹਾ। ਲੋਕਾਂ ਨੂੰ ਇਸ ਗੱਲ ਦਾ ਡਰ ਆ ਵੀ ਅਸੀਂ ਕਿਤੇ ਭੁੱਖੇ ਨਾ ਮਰ ਜਾਈਏ, ਸੋ ਇਸ ਕਰਕੇ ਲੋਕ ਬਾਹਰ ਵੀ ਨਿਕਲ ਰਹੇ ਆ ਵੀ ਕਿਤੇ ਉਹ ਕੁਛ ਨਾ ਕੁਛ ਹੀਲਾ ਵਸੀਲਾ ਹੋਵੇ ਅਤੇ ਅਸੀਂ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰੀਏ। ਸੋ ਸਰਕਾਰ ਨੂੰ ਇਸ ਮੀਡੀਅਮ ਰਾਹੀਂ ਇਹੀ ਆਪਾਂ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਗਰੀਬ ਲੋਕਾਂ ਬਾਰੇ ਸੋਚਿਆ ਜਾਵੇ, ਇਹਨਾਂ ਨੂੰ ਕੁਛ ਨਾ ਕੁਛ ਰਾਸ਼ਨ ਜਿਹੜਾ ਹੈਗਾ ਆ, ਘਰੇਲੂ ਰੋਜ਼ਮਰ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਉਪਲਬਧ ਕਰਾਈਆਂ ਜਾਣ, ਤਾਂ ਕਿ ਇਹ ਆਪਣੇ ਘਰਾਂ ਦੇ ਵਿੱਚ ਟਿੱਕੇ ਬੈਠਣ ਅਤੇ ਇੱਧਰ ਉੱਧਰ ਨਾ ਘੁੰਮਣ। ਸੋ ਅੱਗੇ ਆਪਾਂ ਹੋਰ ਜਾਵਾਂਗੇ, ਸਾਡੇ ਵਿਚਕਾਰ ਸਾਡੇ ਭਾਈ ਸਾਹਿਬ ਵੀ ਹੈਗੇ ਆ। ਸੋ ਦੱਸੋ ਆਪਾਂ ਸਰਕਾਰ ਤੋਂ ਕੀ ਚਾਹੁੰਦੇ ਹਾਂ ਕਿ ਖਾਣ ਪੀਣ 'ਚ ਕੋਈ ਦਿੱਕਤ ਆਉਂਦੀ ਆ? ਰੋਟੀ ਪਾਣੀ ਮਿਲੀ ਜਾਵੇ, ਉਹੀ ਬਹੁਤ ਇਸ ਟਾਈਮ ਤਾਂ। ਰੋਟੀ ਪਾਣੀ ਦੀ ਮੰਗ ਆ ਕੁੱਲ ਮਿਲਾ ਕੇ ਸਾਰੇ ਪਾਸੇ, ਇਹ ਮੰਗ ਆ ਕਿ ਰੋਟੀ ਮਿਲੀ ਜਾਵੇ। ਅਤੇ ਸੋ ਇਸ ਵੀਡੀਓ ਵੱਲ ਪ੍ਰਸ਼ਾਸਨ ਧਿਆਨ ਦੇਵੇ।
ਅਤੇ ਜਲਦੀ ਤੋਂ ਜਲਦੀ ਪਿੰਡ ਸਿੰਘੜੀ ਵਾਲੇ ਦੇ ਵਿੱਚ ਪਿੰਡ ਦੇ ਸਰਪੰਚ ਦੇ ਨਾਲ ਰਾਬਤਾ ਕਾਇਮ ਕਰਕੇ ਪਿੰਡ ਸਿੰਘੜੀ ਵਾਲੇ ਦੇ ਵਿੱਚ ਜਲਦੀ ਤੋਂ ਜਲਦੀ ਰਾਸ਼ਨ ਪਹੁੰਚਾਇਆ ਜਾਵੇ। ਅਤੇ ਸਰਪੰਚ ਦੀ ਜੇ ਗੱਲ ਕਰੀਏ, ਸਰਪੰਚ ਵੱਲੋਂ ਕੋਈ ਸਹਾਇਤਾ ਤੁਹਾਨੂੰ ਦਿੱਤੀ ਗਈ ਆ? ਸਰਪੰਚਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਆਰਡਰ ਦਿੱਤੇ ਗਏ ਆ ਕਿ 5,000 ਰੁਪਈਆ ਆਪਣੀ ਸੈਲਰੀ ਦੇ ਵਿੱਚੋਂ ਜੋ ਉਹਨਾਂ ਨੂੰ ਮਿਲਦੀ ਹੈ ਤਨਖਾਹ ਵਗੈਰਾ, ਉਹਦੇ ਵਿੱਚ ਉਹ ਖਰਚ ਸਕਦੇ ਆ। ਅਤੇ ਆਪਾਂ ਉਹਨਾਂ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਦਿੱਤੀ ਗਈ? ਅਤੇ ਕੋਈ ਆਸ਼ਵਾਸਨ ਦਿੱਤਾ ਵੀ ਤੁਹਾਡੇ ਕੋਲ ਰਾਸ਼ਨ ਪਹੁੰਚ ਜਾਊਗਾ ਜਾਂ ਕਿੱਦਾਂ, ਕੋਈ ਭਰੋਸਾ? ਤੁਸੀਂ ਸਰਪੰਚ ਕੋਲ ਗਏ ਆ? ਸੋ ਕੁੱਲ ਮਿਲਾ ਕੇ ਇਹਨਾਂ ਲੋਕਾਂ ਨੂੰ ਇਹ ਗੱਲ ਕਹੀ ਗਈ ਆ ਵੀ ਘਰੋਂ ਬਾਹਰ ਨਾ ਨਿਕਲੋ, ਘਰੋਂ ਬਾਹਰ ਨਾ ਨਿਕਲੋ। ਪਰ ਇਹ ਲੋਕ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਸਿਰਫ ਤੇ ਸਿਰਫ ਇਸ ਕਰਕੇ ਘਰੋਂ ਬਾਹਰ ਨਿਕਲ ਰਹੇ ਆ ਵੀ ਕੁਛ ਨਾ ਕੁਛ ਖਾਣ ਨੂੰ ਕੁਛ ਪ੍ਰਬੰਧ ਕੀਤਾ ਜਾਵੇ, ਕੋਈ ਇੱਧਰੋਂ ਉੱਧਰੋਂ ਕੁਛ ਸਮਾਜ ਸੇਵੀ ਸੰਸਥਾ ਵੱਲੋਂ ਜੇ ਕੁਛ ਦਿੱਤਾ ਜਾਂਦਾ ਆ ਤਾਂ ਉਹਨੂੰ ਆਪਾਂ ਲਿਆ ਕੇ ਘਰ ਆਪਣੇ ਬੱਚਿਆਂ ਨੂੰ ਖਵਾ ਸਕੀਏ। ਸੋ ਅੱਗੇ ਆਪਾਂ ਜਾਣਾ ਆ, ਹੋਰ ਵੀ ਸਾਡੇ ਹੈਗੇ ਆ ਕਾਫੀ ਜਿਹੜੇ ਘਰ ਹੈਗੇ ਜਿਹੜੇ ਜਿਨ੍ਹਾਂ ਨੂੰ ਇਸ ਗੱਲ ਦੀ ਸ਼ਾਮ ਨੂੰ ਚਿੰਤਾ ਹੁੰਦੀ ਆ ਕਿ ਕੀ ਬਣਾਈਏ ਅਤੇ ਕੀ ਖਾਈਏ। ਸੋ ਉਹਨਾਂ ਨਾਲ ਆਪਾਂ ਮਿਲਣਾ ਆ ਅਤੇ ਅੱਗੇ ਚੱਲਦੇ ਹਾਂ।